ਭਾਈ ਮਨਜ਼ੂਰ ਹੁਸੈਨ ਸ਼ਾਹ ਸਾਹਿਬ ਦਾ ਸਲਾਨਾ ਜਲਸਾ ਪੂਰੇ ਮੁਲਕ ਦੇ ਜ਼ਾਕਿਰ ਹੁਸੈਨ ਬਾਨੀ ਦੀ ਹਸੀਅਤ ਵਿੱਚ ਅਸਾਂ ਵੀ ਨੌਕਰੀ ਹਾਜ਼ਰੀ ਜ਼ਰੂਰ ਦੇਸ। 15 ਮਾਰਚ ਮੀਆਂ ਸਾਹਿਬਾਨ ਕੋਲ ਪੂਰੇ ਮੁਲਕ ਦੇ ਜ਼ਾਕਿਰ ਅਸਾਂ ਵੀ ਬਾਨੀ ਦੀ ਹਸੀਅਤ ਵਿੱਚ ਹਾਜ਼ਰੀ ਦੇਸੂ। 5 ਰਜਬ ਜਿਹੜਾ ਐਲਾਨ ਥੀ ਇਨਸ਼ਾਅੱਲਾ ਤੁਜਾਰਾ ਨੌਕਰੀ ਹਾਜ਼ਰੀ ਹੋ ਸੀ ਆਬਿਦ ਸ਼ਾਹ ਸਾਹਿਬ ਕੋਲ। ਦਾਹਾਣ ਵੀ ਇਨਸ਼ਾਅੱਲਾ ਹੋ ਗਈ ਹੋ ਸੀ ਸਦਾ ਤੁਸਾਮ ਕੋਲ ਮੁਨਾਸਿਬ ਸਮਝੋ ਤਾਂ ਸਲਵਾਤ ਇੱਕ ਬਈ ਵੀ ਪੜ੍ਹ ਲਿਓ ਬਿਸਮਿਲ੍ਲਾ ਠੀਕ ਹੈ। রহমান রহিম সলওয়াত আলহামদুলিল্লাহ রব্বিল আলামিন সলাতু ওয়া সালামু আলা আশরাফিল আমবিয়া ওয়াল মুরসালিন খলিফতিল মুকদ্দাসাত তাহিরাতুল মুতাহহিরা আলিমাতুল আমিলা সিদ্দিকাতুল কুবরা। থোড়া মাইক খোল বাচ্চা মাইক। আল মাদফুনাত সিররান যেটা দাফন হই ঢলি হই রাত আই ক্যা বাত হে তোরি মাই বিসমিল্লাহ। ਵਲ ਮਹਜ਼ੂਬਾ ਤੇ ਗਹਿਰਾ ਜਿਹੜਾ ਲੁੱਟੀ ਚਿੱਠਾ ਨਹੀਂ ਆਈ ਨਵਾਨੀ ਰਜਮਾਨ ਵਾਲਾ ਸੈਦ ਤੇ ਸਾਇਰ ਅਰਮੀਨ ਖਮਨ ਕਰਕੇ ਸਲਵਾਤ ਥੋੜਾ ਮੈਂ ਖੋਲ ਹੋਰ ਵੀ ਪੜ੍ਹ ਨਮਾਜ਼ ਸੁਬਹ ਦੀ ਸੈਦ ਲੱਖ ਦਫਾ ਪੜਾ ਭਾਈ ਹੱਥ ਨਾ ਵੀ ਅਗਵਾਸਤੇ ਅਖਬਾਰ ਬੈਠਾ ਖਾਕ ਤੇ ਚੰਨ ਲੱਖ ਦਫਾ ਭਾਈ ਪੜਾ ਸੈਯਦਾ ਦੇ ਪੇਸ਼ੀ ਨਾ ਤੂੰ ਹੋ ਸੇ
ਕੋਣਾ ਬਾਬਾ ਲੱਖ ਦਫਾ ਮਲੰਗ ਨਾ ਤੂੰ ਹੋ ਸੇ ਨਾ ਤੂੰ ਹੋ ਸੇ ਹੋ ਨਾ ਮੈਂ ਹੋ ਸਾਧਨ ਵੈਸੀਆ ਆਉਣ ਯਾਰ ਬੜੇ ਸੋਹਣੇ ਆ ਸੁਹਾਗ ਹੈ ਬਾਬਾ ਸ਼ਾਹ ਨਾ ਤੂੰ ਹੋ ਸੇ ਨਾ ਤੂੰ ਹੋ ਸੇ ਹੋ ਨਾ ਮੈਂ ਹੋ ਸਕਿਨ ਵੈਸੀਆ ਮੈਂ ਸਦਕੇ ਥੀ ਵਾਂ ਮੈਂ ਸਦਕੇ ਥੀ ਵਾਂ ਯਾਰ ਸੋਹਣੇ ਰੁਨੇ ਹੋ ਜਿਹੜੇ ਸੱਯਦ ਬੈਠੇ ਹੋ ਮੈਂ ਆਖਿਆ ਦੂ ਸਜਣ ਬੁਲਾਏ ਹੀ ਕਮਰ ਦਾ ਜ਼ੋਰ ਦੂਜਾ ਅੱਖੀਆਂ ਦਾ ਨੂਰ ਗਾਜ਼ੀ ਕੋ ਫਰਮਾਇਆ ਨੇ ਨਾ ਤੂੰ ਹੋਸੇ ਨਾ ਮੈਂ ਭੇਣ ਕਿਨ ਵੈਸੀ ਪੁੱਤਰ ਦੇ ਪਾਸੜੇ ਕਿਆ ਦੇ ਖੜੇ ਤੂੰ ਵੰਜ ਅਕਬਰ ਮੇਰੀ ਨਿਭਵੈ ਸੀ ਤੇ ਮੇਰੀ ਜ਼ਿੰਦਗੀ ਦਾ ਸਰਮਾਇਆ ਆਈ ਮੌਸਮ ਤੇਰੀ ਸ਼ਾਦੀ ਦੀ ਨੀਵੀ ਸਹਿਰਾ ਸਗਲ ਦਾ ਥੋੜਾ ਸੋਹਣੇ ਨਵਾਜ਼ ਵਧਾ ਬੱਚਾ ਬਚਪਣਾ ਬਾਬਾ ਮੌਸਮ ਤੇਰੀ ਸ਼ਾਦੀ ਦੀਨ ਵੀ ਸਹਿਰਾ ਸਗਲ ਦਾ ਸੈਯਦਾ ਦੇ ਤੇਰੇ ਦੂਰ ਦੇ ਕਾਂਢੀ ਆ ਪੁੱਛ ਸੇ ਤੇ ਤੁਸਾਂ ਅਖਬਾਰ ਨਹੀਂ ਪਰਨਾਇਆ ਬਾਬਾ ਜੀ ਇੱਕ ਬੰਦ ਮੈਂ ਚੁੱਕੀ ਡਾਲੀ ਵਾਲਾ ਵਾਸਤੇ ਪੜਾ ਮੈਂ ਆਦਰਾਂ ਨਾ ਤੂਫਾਨ ਦੇ ਵਿੱਚ ਜਿਵੇਂ ਦਰਖਤਾਂ ਤੂੰ ਬੰਦ ਸਮਝੇ ਮੋਮਿਨਾ ਰੋਵੇਂ ਬੱਤ ਤੇ ਫਲ ਟੁੱਟ ਕੇ ਖਾਕ ਤੇ ਢਾਂਦਾ ਇਵੇਂ ਅਖਬਾਰ ਉਮਰ ਰਹਾਇਆ ਹੈ ਪਿਉ ਡਿੱਠਾ ਹੈ ਸੀਨ ਤੋਂ ਯਕੀਨ ਕਰਾਏ ਵੱਡਾ ਪੁੱਛਦਾ ਏ ਪੁੱਤਰ ਦੇ ਕਾਤਲਾ ਤੂੰ ਮੈਂ ਕੋ ਅਖਬਾਰ ਨਜ਼ਰ ਨਹੀਂ ਜਵਾਨੀ ਮਾਣੇ ਭਾਈ ਕਿਆ ਬਾਤ ਹੈ ਭਾਈ ਕਿਆ ਬਾਤ ਜਵਾਨੀ ਮਾਣ ਮੇਰੇ ਕੰਨ ਵਿੱਚ ਵੱਡਾ ਪੁੱਛਦਾ ਏ ਪੁੱਤਰ
ਬੰਦਾ ਪੁੱਛਦਾ ਏ ਪੁੱਤਰ ਦੇ ਕਾਤਲਾ ਤੂੰ ਮੈਨੂੰ ਅਖਬਾਰ ਨਜ਼ਰ ਨਹੀਂ ਬਾਬਾ ਸ਼ਾਬੀਆ ਬੰਦ ਪੜਾ ਇਹਨੂੰ ਇਤਨਾ ਸੋਹਣਾ ਰੋਣ ਰੱਖਿਆ ਫਿਤਰਤ ਦਾ ਆਇਨ ਤਕਾਜ਼ਾ ਹੈ ਡਿੱਠੇ ਕਈ ਵਾਰੀ ਅਜ਼ਮਾ ਕੇ ਪਿਉ ਔਖੇ ਜੀਨ ਦੁਨੀਆ ਚ ਅੱਜ ਪੁੱਤਰ ਜਵਾਨ ਨਹੀਂ ਥੱਕ ਪਏ ਮੇਰਾ ਜੀ ਬਾਬਾ ਜੀ ਜੀ ਬਾਬਾ ਜੀ ਬੈਠਾ ਪਰਛੀ ਕੱਢਦਾ ਅੱਖ ਪੁੱਤਰ ਦੀ ਅੱਖ ਵਿੱਚ ਜੀਓ ਜੀਓ ਬਾਬਾ ਜੀਓ ਅਕਬਰ ਦੀ ਜਵਾਨੀ ਦੇ ਸਦਕੇ ਤੁਹਾਡੇ ਜਵਾਨ ਜਵਾਨੀ ਹੋ ਮਾਣ ਅਕਬਰ ਦੇ ਸਦਕੇ ਤੁਸਾਂ ਕੋਈ ਦੁੱਖ ਨਾ ਦੇਖੋ ਬਹੁ ਸੋਹਣਾ ਪੁੱਤਰ ਆਈ ਹੁਸੈਨ ਦਾ ਐਲੀ ਅਕਬਰ ਯਕੀਨ ਕਰਾਏ ਸੈਦਾਓ ਜਿਤਨਾ ਸੋਹਣਾ ਹੈ ਉਤਨਾ ਪਿਓ ਕੋ ਪਿਆਰਾ ਹੈ ਜਵਾਨੀ ਦਾ ਜਮਾਨੇ ਬਾਈ ਬਹੁ ਸੋਹਣਾ ਆਈ ਹੁਸੈਨ ਦਾ ਅਲੀ ਅਕਬਰ ਜਿਤਨਾ ਸੋਹਣਾ ਹਾਈ ਪਿਉ ਪਿਆ ਰਹਾ ਬਹੁ ਸੋਹਣਾ ਹਾਈ ਹੁਸੈਨ ਦਾ ਅਲੀ ਅਕਬਰ ਜਿਤਨਾ ਸੋਹਣਾ ਹਾਈ ਬਾਬੇ ਕੋ ਪਿਆ ਰਹਾਈ ਚਾਚਾ ਬੱਗੂ ਪਹਿਲਵਾਨ ਲੱਖ ਦਫਾ ਖਾਂ ਤੇਰੇ ਬਚੜੇ ਜੀਵਨ ਬਹੁ ਸੋਹਣਾ ਮੁਹੰਮਦ ਦੀ ਸ਼ਕਲ ਵਾਲਾ ਪੁੱਤਰ ਆਈ ਹੁਸੈਨ ਦਾ ਅਲੀ ਅਕਬਰ ਮੈਂ ਇੱਕ ਰਵਾਇਤ ਪੜ੍ਹੀਏ ਬਾਬਾ ਜੀ ਜੈਲੇ ਸ਼ਾਹਜ਼ਾਦਾ ਪਾਗੀਏ ਨਾ ਮੈਦਾਨ ਬਾਬਾ ਬਹੁ ਸੋਹਣਾ ਤੇ ਸ਼ਾਹਜ਼ਾਦੇ ਨਕਾਬ ਉਲਟਨ ਜਿਤਨੀ ਫੌਜ ਅਸ਼ਕੀਆ ਹਈ ਤਲਵਾਰਾਂ ਸੱਟ ਗਤੀਆਂ ਨੇ ਉਮਰ ਇਬਨੇ ਸਾਦ ਦੇ ਖੈਮੇ ਚਾਹ ਕਿਆ ਦਿਨ ਜ਼ਾਲਿਮਾ ਅਸਾਂ ਜੰਗ ਨਹੀਂ ਕਰੇਂਦੇ ਐਲਾਨਤੀਆ ਦੇ ਕਿਉਂ ਨਹੀਂ ਵੇਖਰੇਂਦੇ ਆਦੇ ਜ਼ਾਲਿਮਾ ਹੁਸੈਨ ਦੀ ਮਦਦ ਵਾਸਤੇ ਹੁਸੈਨ ਦਾ ਨਾਂ ਨਾ ਆ ਗਿਆ ਅੱਲਾ ਗਵਾਹ ਇਹ ਜ਼ਾਲਿਮਾ ਦੇ ਹੁਸੈਨ ਦਾ ਨਾਂ ਨਾ ਨਹੀਂ ਹੁਸੈਨ ਦਾ ਪੁੱਤਰ ਜਿਹੜਾ ਮੁਹੰਮਦ ਦੀ ਸ਼ਕਲ ਆ ਲੈ ਜਵਾਨੀ ਰਾਜ ਮਾਣੋ ਇੱਕ ਜੁਮਲਾ ਫਕਰ ਸ਼ਾਹਜ਼ਾਦੇ ਪਾਕ ਦੀ ਸ਼ਹਾਦਤ ਸਰਦਾਰ ਸਾਹਿਬ ਮੇਰੀ ਜ਼ਰੂਰਤ ਨਹੀਂ ਮੈਂ ਪੜ੍ਹਾਂ ਤੁਹਾਡੇ ਚੋਂ ਕੋਈ ਦੀ ਬਸਾਵਤ ਨਹੀਂ ਜਿਹੜਾ ਸੁਣੇ ਸ਼ਹਾਦਤ ਅਲੀ ਅਕਬਰ ਦੀ ਪੜ੍ਹਨ ਵਾਲਾ ਜ਼ਾਕਿਰ ਹੋਵੇ ਅਲੀ ਜ਼ੈਨੁਲ ਆਬਦੀਨ ਬਾਬਾ ਜੀ ਸੁਣਨ ਵਾਲੇ ਓਵੇਂ ਭੇਣ ਭਰਾ ਜਿਨਸ ਦੀ ਕੀਮਤ ਉਹ ਪਾ ਸਕਦਾ ਜਿਹੜਾ ਜਿਨਸ ਤੋਂ ਜ਼ਾਕਿਰ ਸਾਹਿਬ ਵਾਕਿਫ ਹੋਵੇ ਜਿਹੜੇ ਜ਼ਵਾਰ ਬੈਠੇ ਹੋ ਇੱਥੇ ਹੀ ਖੜੇ ਪਿਉ ਪੌਣੇ ਮੀਲ ਦਾ ਫਾਸਲਾ ਇੱਥੇ ਹੀ ਪੁੱਤਰੇ ਬਾਬਾ ਜੀ ਜ਼ਾਲਿਮ ਜਿਹਦਾ ਨਾਂ ਹੈ ਹਸੀਨ ਬਿਨ ਨਮੀਰ ਕਮਰ ਭਾਈ ਜਿਤਨੇ ਬੇ ਔਲਾਦ ਬੈਠੇ ਹੋ ਸ਼ਾਹਜ਼ਾਦੇ ਦੇ ਸਦਕੇ ਮੌਲਾ ਤੋਂ ਬਚੜੇ ਦੇ ਨਸੀਮ ਅੱਲਾ ਤੈ ਕੋ ਬਚੜਾ ਦੇਵੇ ਹਯਾਤੀਆ ਇਹ ਸ਼ਾਹਜ਼ਾਦੇ ਪਾਕ ਬਾਬਾ ਜੀ ਕੰਡ ਵਾਲੇ ਪਾਸੋਂ ਬਰਛੀ ਮਾਰੀ
ਬਾਬਾ ਸ਼ਾਹ ਜਿਹੜੀ ਇੱਥੋਂ ਨਿਕਲੀ ਹੈ। ਵਰਛੀ ਦਾ ਲਗਣ ਆਈ ਪਹਿਲੇ ਅਮਾਮਾ ਜਣਾ ਵਾ ਤਲਵਾਰ ਜਣੀ ਹੈ। ਸ਼ਾਹਜ਼ਾਦਾ ਪਾਕ ਬਾਬਾ ਜੀ ਨਾ ਸੱਜੇ ਨਾ ਖੱਬੇ ਇਵੇਂ ਘੋੜੇ ਦੇ ਗੱਲ ਬਈ ਪਾ ਕਿਆ ਤੇ ਖੈਮਾ ਦੇ ਨੇੜੇ ਲਹਾਵੇ ਮੇਰਾ ਬਾਬਾ ਬੁੱਢੜੇ ਵਾਹ ਵਾਹ ਬਿਸਮਿਲ੍ਲਾ ਲੱਖ ਦਫਾ ਬਾਬਾ ਮੇਰਾ ਪਿਓ ਜ਼ਈ ਫੇ ਜਵਾਨੀ ਮਾਣੇ ਬਈ ਮੇਰਾ ਪਿਓ ਬੁੱਢੜਾਈ ਪੌਣੇ ਮੀਲ ਤੂੰ ਬਾਬਾ ਜੀ ਪੋਤਰਾ ਖੈ ਮੈਂ ਲਹਿ ਗਈਆਂ ਜਿਹੜਾ ਸਾਹਮਣੇ ਖੜੇ ਆਮ ਪਿਓ ਨਹੀਂ ਜਾਜਾ ਬਗੂ ਖਾਨ ਸਾਬਰਾਂ ਦਾ ਸੁਲਤਾਨ ਹੈ ਇਹਦਾ ਪਿਆਰ ਅਸਨਾ ਅਕਬਰ ਨਾਲ ਪੁੱਤਰ ਆਖ ਮੈਂ ਲਹਿ ਗਈਆਂ ਉਹ ਬੰਦਾ ਦੇਖੇ ਮੈਰੋ ਜਿਹੜਾ ਤੇ ਮਜਲਿਸ ਵਿੱਚ ਮੈਂ ਨਾ ਰੋਂਦਾ ਨਾ ਪੌਣੇ ਮੀਲ ਤੂੰ ਪੁੱਤਰ ਆਖ ਮੈਂ ਲਹਿ ਗਈਆਂ ਭਾਵੇਂ ਸਾਬਰਾਂ ਦਾ ਸੁਲਤਾਨ ਆਈ ਮਿੱਟੀ ਤੇ ਬਹਿ ਕੇ ਸੱਜੇ ਖੱਬੇ ਹੱਥ ਮਾਰ ਕੇ ਆਖਸ ਤੇ ਕਿੱਥਾਂ ਲੱਗਾ ਲੱਖ ਦਫਾ ਬਾਬਾ ਯਾ ਅਲੀ ਕਰਕੇ ਉੱਠਈ ਹਾਏ ਅਕਬਰ ਕਰਕੇ ਝੜਦ ਮਲੰਗ ਮੈਂ ਅਧਰਾਨਾ ਅੱਲਾਹ ਦੀ ਮੁਹੱਬਤ ਚ ਉੱਠੀ ਖੜਦ ਪੁੱਤਰ ਦੀ ਮੁਹੱਬਤ ਝੜਕ ਅੱਲਾਹ ਦੀ ਮੁਹੱਬਤ ਜਾਣ ਪਾਉਂਦਾ ਬਾਬਾ ਸਿੰਘ ਤੌਹੀਦ ਬਚਾਈਏ ਹੁਸੈਨ ਰਿਸਾਲਤ ਬਚਾਈਏ ਹੁਸੈਨ ਇਸਮਤ ਬਚਾਈਏ ਹੁਸੈਨ ਇਮਾਮਤ ਬਚਾਈਏ ਹੁਸੈਨ ਤੇਰੀ ਮੇਰੀ ਗੈਰਤ ਬਚਾਈਏ ਹੁਸੈਨ ਬਿਸਮਿਲ੍ਲਾ ਜਿਹੜੇ ਬਜ਼ੁਰਗ ਬੈਠੀ ਉਹ ਇੱਕ ਜੁਮਲਾ ਪੜ੍ਹਦਾ ਅਠਾਰਵੇਂ ਕਦਮ ਤੇ ਆਈ ਸੈਯਦਜ਼ਾਦਾ ਡਿੱਠਾ ਸਿੱਖ ਫਕੀਰ ਏ ਜਿਹਦੇ ਸੱਜੇ ਹੱਥ ਵਿੱਚ ਕਾਸੇ ਕਾਸਾ ਉਹ ਬਰਤਨ ਜਿਹਦੇ 'ਚ ਫਕੀਰ ਬਾਬਾ ਗਦਾ ਕਰਦੇ ਨੇ ਸਿਰ 'ਚ ਮਾਰ ਕੇ ਆਦੇ ਹਾਏ ਜਵਾਨ ਹਾਏ ਜਵਾਨ ਹਾਏ ਜਵਾਨ ਬਾਦਸ਼ਾਹ ਗੁਮਾਲਾ ਦੇ ਫਕੀਰ ਮੇਰੇ ਸਲਾਮ ਸਰ ਚਾ ਕਹਿੰਦਾ ਅਮੀਰ ਮੇਰੇ ਲੱਖ ਸਲਾਮ ਵੱਥ ਆਖਸ ਹਾਏ ਜਵਾਨ ਸੈਯਦ ਅਦਾ ਕੋਈ ਜਵਾਨ ਵਨਾ ਹੀ ਬਦਾ ਫਕੀਰ ਆਦੇ ਮੈਂ ਨਹੀਂ ਸੈਯਦ ਅਦਾ ਤੇਰਾ ਨਹੀਂ ਰੋਂਦਾ ਕਿਉਂ ਆ ਤੇ ਤੂੰ ਸੱਚਾ ਹੈ ਤੈਂ ਡਿੱਠਾ ਜੋ ਨਾ ਬਿਸਮਿਲ੍ਲਾ ਕਰਾਂ ਬਾਬਾ ਜਿਹਦਾ ਹਾਈ ਸੋਹਣਾ ਬਹੁ ਆਏ ਸੈਯਦ ਅਦੇ ਇੱਕ ਮੈਂ ਉਹਦਾ ਗੁਲੈਂਦਾ ਨਿਸ਼ਾਨੀਆਂ ਮਿਲਾ ਮੈਨੂੰ ਲਿਖਾ ਹੈ ਬਾਈ ਫਕੀਰ ਹੁਸੈਨ ਦੇ ਪਾਸੇ ਦੇਖ ਦੇਖ ਕੇ ਆਦਾ ਨਾ ਤੈਰਾ ਨਹੀਂ ਸੈਯਦ ਅਦੇ ਦਾ ਸ਼ਕੀਨ ਨਾਲ ਆਖ ਕੋਈ ਦਲੀਲ ਲੈ ਜੋ ਮੇਰਾ ਨਹੀਂ ਯਾਦ ਇੱਥੋਂ ਵੱਡੀ ਕਿਹੜੀ ਦਲੀਲ ਲੈਵਾਂ ਤੂੰ ਜੀਂਦਾ ਨਹੀਂ ਵਾਹ 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 ਤੈਰਾ ਹੋਇਆ ਤੂੰ ਜੀਂਦਾ ਹੋਇਆ ਸੈਦੋਂ ਅੱਲਾ ਗਵਾਏ ਹੁਸੈਨ ਅੱਗਾ ਵਧੇ ਫਕੀਰ ਦਾ ਹੱਥ ਨਪਚੇ ਤੇ ਬੇਪਰਵਾਹੀ ਨਾ ਕਰ ਮੇਰੀ ਗੱਲ ਸੁਣ ਅਮੀਰਾ ਹੁਕਮ ਕਰ ਸੈਯਦ ਅਦੇ ਅੱਲਾਹ ਦੀ ਰਜ਼ਾ ਦੀ ਖਾਤਿਰ ਬੰਦੇ ਸਾਬਿਰ ਹੁੰਦੇ ਨੇ ਫਕੀਰ ਅਦੇ ਸੱਚੇ ਹੁਸੈਨ ਅਦੇ ਨਬੀਆਂ ਦੀਆਂ ਕਹਾਣੀਆਂ ਪੜ ਸੋਹਣਾ ਪੁੱਤਰ ਆਈ ਜਨਾਬ ਇਬਰਾਹੀਮ ਦਾ ਇਸਮਾਈਲ ਚੜ੍ਹਦੀ ਜਵਾਨੀ ਅਸ ਅੱਲਾਹ ਦੀ ਰਜ਼ਾ ਦੀ ਖਾਤਿਰ ਅੱਲਾਹ ਦੇ ਨਬੀ ਪੁੱਤਰ ਦੇ ਗੱਲ 'ਤੇ ਛੁਰੀ ਨਹੀਂ ਰੱਖੀ ਫਕੀਰਾਂ ਦੇ ਰੱਖੀਏ ਹੁਸੈਨਾਂ ਦੇ ਬਹੁ ਸੋਹਣਾ ਯਾਕੂਬ ਦਾ ਯੂਸੁਫ 40 ਸਾਲ ਪੁੱਤਰ ਦਾ ਹਿਜਰ ਨਹੀਂ ਨਿਭਾਇਆ ਪਿਓ ਫਕੀਰਾਂ ਦੇ ਸੱਚੇ ਸੈਯਦ ਦੇ ਬੇਪਰਵਾਹੀ ਨਾ ਕਰ ਮੈਰੋ ਰੇਖ ਮਤ ਮੈਂ ਸਾਬਿਰ ਹੋਵਾਂ ਮੈਂ ਅੱਲਾਹ ਦੀ ਰਜ਼ਾ ਦੀ ਖਾਤਰ ਪੁੱਤਰ ਟੋਲਾ ਹੋਵੇ ਤੂੰ ਚੁੱਪ ਕਰ ਗਏ ਫਕੀਰ ਦੇ ਜਿਸਮ 'ਚ ਲਰਜ਼ਾ ਪੈ ਗਏ ਵੀਡੀਓ ਵਾਲਾ ਭਾਈ ਇੱਕ ਜਾ ਤੇ ਲਾ ਕੇ ਬਹਿ ਵੰਨਿਆ ਦੇ ਹੁਸੈਨ ਮੈਂ ਮਸਾਹਿਬ ਪੜ੍ਹਦਾ ਪਿਆ ਤੇ ਮਸਾਹਿਬ ਪੜ੍ਹਦਾ ਪਿਆ ਅਲੀ ਅਕਬਰ ਦਾ ਅਲੀ ਅਕਬਰ ਤੇ ਗਾਜ਼ੀ ਅਬਾਸ ਤੋਂ ਵੱਡਾ ਕਜ਼ੀਆ ਹੁਸੈਨ ਦਾ ਕਰਬਲਾ ਕੋਈ ਨਹੀਂ ਮੈਂਬਰ ਦੀ ਇੱਜ਼ਤ ਦੀ ਕਸਮ ਹੈ ਅਲੀ ਅਕਬਰ ਤੇ ਗਾਜ਼ੀ ਅਬਾਸ ਤੋਂ ਵੱਡਾ ਕਜ਼ੀਆ ਬਾਬਾ ਜੀ ਹੁਸੈਨ ਦਾ ਕਰਬਲਾ ਕੋਈ ਨਹੀਂ ਬਾਬਾ ਸ਼ਾਹ ਜਾਇਆ ਨੇ ਅਲੀ ਅਕਬਰ ਤੁਰੇ ਬੀਬੀਆਂ ਪੱਥਰਾਂ ਨਾਲ ਮਾਤਮ ਕੀਤਾ ਤੁਰਨ ਤੇ ਸਦਕੇ ਥੀ ਪੋਵਾਂ ਤੂੰ ਚੁੱਪ ਕਰ ਗਈ ਮਤਾ ਮੈਂ ਸਾਬਿਰ ਹਾਂ ਮੇਰੇ ਨਾਲ ਨਿਸ਼ਾਨੀਆਂ ਮਿਲਾ ਬਾਬਾ ਸ਼ਾਹ ਫਕੀਰ ਦੇ ਜਿਸਮ 'ਚ ਲਰਜ਼ਾ ਪੈ ਗਈ
ਠੱਡਾ ਸਾਹਿਬ ਭਰ ਕੇ ਆਖਦਾ ਮੈਂ ਮੁਤਮੈਨਾ ਤੇਰੀ ਜ਼ੁਬਾਨ ਤੇ ਯਕੀਨ ਹੈ। ਨਿਸ਼ਾਨੀਆਂ ਮਿਲੇ ਨਾ ਜੇ ਕੁਮੈ ਮਦਰ ਆਉਂਦਾ ਪਹਿਲੀ ਨਿਸ਼ਾਨੀ ਸਮੰਦ ਘੋੜੇ ਦਾ ਹਸਵਾਰ ਹੋਵੇ ਮੋਮਿਨ ਬਾਵੇ ਮਜਲਿਸ ਚ ਬਣਾਏ ਲਈ ਅਕਬਰ ਰੋਵੇ ਨਹੀਂ। ਪਹਿਲੀ ਨਿਸ਼ਾਨੀ ਸਮੰਦ ਘੋੜੇ ਦਾ ਹਸਵਾਰ ਸੈਦ ਦਾ ਭੇਨ ਸਵਾਰ ਕਰਾਇ ਜਿਹੜੇ ਜਵਾਨ ਹੋ ਕਮਰ ਭਾਈ। ਦੂਜੀ ਨਿਸ਼ਾਨੀ ਚੁੱਪ ਕਰ ਗਏ ਹੋ ਗੁਲਾਬੀ ਪੱਗ ਸੈਦ ਦੇ ਜਵਾਨੀ ਦੀ ਮੌਤ ਆਈ ਬਾਵਾਂ ਦੂਹਾਂ ਨੂੰ ਰਲ ਕੇ ਵਧਾਈਏ। ਤੀਜੀ ਨਿਸ਼ਾਨੀਆਂ ਦੇ ਚਿਹਰੇ ਤੇ ਨਕਾਬ ਆਈ ਹੁਸੈਨ ਦੇ ਇੱਕ ਗੱਲ ਕਰ ਯਾ ਆਖ ਨਕਾਬ ਆਈ ਯਾ ਆਖ ਸੋਹਣਾ ਕਿਆ ਬਾਤ ਹੈ ਅਦੇ ਯਕੀਨ ਕਰ ਸੋਹਣੇ ਹਈ ਨਕਾਬ ਹੀ ਹਈ ਗਰੀਬ ਅਦੇ ਡਿੱਠਾ ਕਿਵੇਂ ਅਦੇ ਟਿੱਬਾ ਡਿੱਠਾ ਹੀ ਹੁਸੈਨ ਅਦੇ ਤੈਂ ਇੱਕ ਦਫ਼ਾ ਡਿੱਠੇ ਮੈਂ ਜੈ ਲੈ ਦਾ ਟੋਰੇ ਮੈਂ ਦੀਦ ਹੀ ਨਹੀਂ ਹਟਾਈ ਅਦੇ ਪੰਜਵਾਂ ਹਮਲਾ ਕਰਕੇ ਇੱਥੋਂ ਗੁਜ਼ਰਾਈ ਮੈਂ ਉਹਦਾ ਸੱਜਾ ਹੱਥ ਡਿੱਠਾ ਉਹਦਾ ਹੱਥ ਵੱਡਾ ਸੋਹਣਾ ਹਾਂ ਮੈਂ ਆਪਣੇ ਆਪ ਕੋ ਆਖੇ ਜਿਹੜੇ ਜਵਾਨ ਦਾ ਹੱਥ ਇਹਦਾ ਸੋਹਣੇ ਲੱਜਣੇ ਆਪ ਕਿਹੜਾ ਸੋਹਣਾ ਹੋ ਸੀ ਇਹ ਆਦਮ ਮੈਂ ਅੱਗੋਂ ਵੱਲ ਆਇਆ ਘੋੜਾ ਰੋਕੇ ਮੈਂ ਪੇਰ ਚੁਮੇ ਨਾ ਮੈਂ ਕੋ ਆਖਸ ਮੰਗਤਾ ਹੈ ਮੈਂ ਆਖਸ ਹਾਂ ਤਾਂ ਸਵਾਲੀ ਮੈਂ ਕੋ ਆਖਸ ਮੰਗ ਜਿਹੜੀ ਸ਼ੈ ਮਰਜ਼ੀ ਆ ਵੀ ਮੈਂ ਆਖ ਵੀ ਆ ਕੁਝ ਨਾ ਮੰਗਦਾ ਹੂੰ ਭੇਰ ਦਾ ਵਾਸਤੇ ਜਿਹਦਾ ਨਾਂ ਵਾਦਾ ਚੈਨੇ ਚਿਹਰੇ ਤੋਂ ਨਕਾਬ ਲਹਾ ਅੱਜ ਅਮੀਰ ਆ ਜੈ ਨਕਾਬ ਲਹਾਇਆ ਸੀ ਜਾਣ ਦਾ ਹੋਸੇ ਮੁਹੰਮਦ ਮਦੀਨੇ ਵਾਲਾ ਉਹਦੀਆਂ ਸ਼ਕਲਾਂ ਦੇਦਾ ਆਈ ਮੈਂ ਕੋ ਆਖਦਾ ਰਾਜ ਰਾਜ ਦੇਖ ਮੇਰੇ ਦੇਖ ਰਾਲੀ ਮਰ ਗਈ ਜੀ ਕਰਾਂ ਭਾਈ ਜੀ ਕਰਾਂ ਕਿਆ ਬਾਤ ਹੈ ਭਾਈ ਇਹਦੇ ਸੋਹਣੇ ਆਸੂ ਮਲਾ ਚਲੋ ਤੂੰ ਸੋਹਣਾ ਮੈਂ ਪੂਰੀ ਗੱਲ ਸੁਣਾ ਦੇਵਾਂ ਹੁਸੈਨ ਅਤੇ ਵਤ ਅਦਾ ਮੈਂ ਕੂੰਦੀ ਚੜ੍ਹਦੀ ਜਵਾਨੀ ਤੇ ਤਰਸ ਹੈ ਮੈਂ ਉਹ ਕਹਾਂ ਕਿ ਸੋਹਣਾ ਵੱਡੇ ਦੁਸ਼ਮਣ ਢੇਰ ਨਹੀਂ ਤੂੰ ਕੱਲਾ ਤੇ ਉਹ ਬਹੁ ਸਾਰੇ ਨੇ ਇਸੇ ਪਾਸੇ ਮੁਹੰਮਦ ਦਾ ਮਦੀਨਾ ਜਿਹੜੇ ਪਾਸੇ ਭੇਣ ਦੇ ਨਾਂ ਹਕਲਾ ਮਰੇਂਦੇ ਇਸੇ ਪਾਸੇ ਮੂੰਹ ਕਰ ਮੈਂ ਸੁਣਿਆ ਹੁਸੈਨ ਕੋਲ ਇੱਕ ਪੁੱਤਰ ਦਿੱਤਾ ਉਹ ਡਾਢਾ ਸੋਹਣਾ ਹੈ ਬਾਦਸ਼ਾਹ ਹੁਸੈਨ ਕੋ ਅਕਬਰ ਦੀ ਜਵਾਨੀ ਦਾ ਵਾਸਤਾ ਦੇ ਸ਼ਬੀਰ ਤੇਰੀ ਮਦਦ ਕਰੇ ਸੀ ਹੁਸੈਨ ਦੇ ਵਕਤ ਤੂੰ ਚੁੱਪ ਕਰ ਗਏ ਫਕੀਰ ਆਦੇ ਅਮੀਰਾ ਮੈਂ ਹੁਸੈਨ ਦਾ ਨਾਂ ਚਾਹੁੰਦਾ ਵੀ ਉਹ ਰੋਂਦਾ ਪਊਗਾ ਜੀ ਹੁਸੈਨ ਦੇ ਵਕਤ ਆਦੇ ਮੈਂ ਉਹਦੇ ਹੋਂਟ ਡਿੱਠਣ ਸੁਰਖ ਹੈ ਮੈਂ ਪੁੱਛਿਆ ਤੂੰ ਪਿਆਸਾ ਮੈਂ ਕੁਆਕਸ ਤਰੇ ਦੀਆਂ ਦਾ ਮੈਂ ਕਾਸਾ ਚਾਹ ਕੇ ਦਰਿਆ ਤੇ ਭਜ ਪੀਆਂ ਪਾਣੀ ਭਰਮ ਆਪਣੇ ਆਪ ਕੋ ਅਖਮੀ ਕੋ ਪਾਣੀ ਪਿਲਾ ਕਹਿ ਲੈ ਤਾਂ ਖੈ ਮੈਂ ਵੈਸੀ ਇਹਦਾ ਪੀਓ ਉਸੀ ਬੁਢੜਾ ਪੀਓ ਕੋ ਦੱਸੇ ਸੀ ਮੈਦਾਨ ਮੈਂ ਕੋ ਫਕੀਰ ਪਾਣੀ ਪਿਲਾਇਆ ਇਹਦਾ ਪੀਓ ਮੈਂ ਕੋ ਦੁਆ ਕਰੇ ਸੀ ਹੁਸੈਨ ਬਹੁ ਜਲਦੀ ਪੁੱਛੇ ਤੇ ਵੱਤ ਅਦੇ ਅਮੀਰਾ ਉਹ ਸਾਹਮਣੇ ਮੈਂ ਪਹੁੰਚਾਈ ਹੂੰ ਟਿੱਬੇ ਤੇ ਇਹ ਅੱਧਾ ਘੰਟਾ ਪਹਿਲੇ ਦੀ ਗੱਲ ਹੈ ਮੈਂ ਪਾਣੀ ਭਰੀ ਆਉਂਦਾ ਮੀ ਜ਼ਮੀਨ ਹੀ ਜਲਜ਼ਲਾ ਹੈ ਮੈਂ ਡੱਠਾ ਮੂੰਹ ਦੇ ਬਾਹਰ ਪਾਣੀ ਵਿੱਟੀ ਗਏ ਤੂੰ ਚੁੱਪ ਕਰ ਗਏ ਹੁਸੈਨ ਅਦੇ ਕਿੱਥੇ ਅਦਾ ਅੱਧਾ ਘੰਟਾ ਪਹਿਲੇ ਜ਼ਮੀਨ ਹੀ ਜਲਜ਼ਲਾ ਹੈ ਸੈਦ ਅਦੇ ਉਹ ਨੇ ਬਰਛੀ ਲੱਗੀ ਹੈ ਵਾਹ 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 ਉਸੇ ਟਾਈਮ ਲੱਗੀ ਇਸ ਪੰਛੀ ਅਦੇ ਅੱਧਾ ਘੰਟਾ ਠੀਕ ਹੈ ਬੋਲੇ ਦਾ ਨਹੀਂ ਲਿਖਦਾ ਲੱਖ ਦਫਾ ਕਰ ਸੀ ਹੁਸੈਨ ਅਦੇ ਆ ਰਲ ਕੇ ਕੋਲੂ ਅੱਗੋਂ ਹੁਸੈਨ ਪਿੱਛੂ ਫਕੀਰ ਸੈਦ ਦਾ ਨਿੱਕਾ ਜੀ ਹੁਸੈਨ ਦਾ ਜ਼ਾਕਿਰਾਂ ਝੋਲੀ ਚਾਈ ਖਾਣਾ ਸ਼ਾਲਾ ਕੋਈ ਪਿਊ ਪੁੱਤਰ ਦੇ ਮਈਅਤ ਤੇ ਨਾ ਆਵੇ ਸਦਕਾ ਹੁਸੈਨ ਦੇ ਅਕਬਰ ਦਾ ਮੋਨਾ ਅੱਗੂ ਹੁਸੈਨ ਹੈ ਪਿੱਛੂ ਫਕੀਰ ਹੈ ਅੱਠਵੇਂ ਕਦਮ ਤੇ ਅੱਗੂ ਵਾਲਾ ਬਾਦਸ਼ਾਹ ਦੇ ਪਾਸੇ ਦੇਖ ਕੇ ਤੇ ਜੇ ਕੋ ਮੈਂ ਵਧਰ ਉਹਨਾਂ ਤੂੰ ਦਾ ਪਿਊਏ ਯਾਰ ਇਹਦੀ ਸੋਹਣੀ ਮੁਕਾਨ ਹੁਸੈਨ ਦੇ ਚੁੱਪ ਲੱਗਾ ਨਾਵੇਂ ਕਦਮ ਤੇ ਅੱਗੂ ਵਾਲਾ ਜੇ ਕੋ ਮੈਂ ਵਧਰ ਉਹਨਾਂ ਤੈਦਾ ਹਾਂ ਸੈਦ ਦੇ ਚੁੱਪ ਲੱਗਾ ਜਿਹੜਾ ਕਦਾ ਨਹੀਂ ਉਹਨਾਂ ਮੈਨੂੰ ਦੇਖੇ ਅੱਲਾ ਗਵਾਏ ਬਾਬਾ ਛੇ ਕਦਮਾਂ ਦਾ ਫਾਸਲਾ ਤੜਫਦਾ ਹੋਇਆ ਪੁੱਤਰੇ ਫਕੀਰ ਵਧਾਏ ਦੇ ਸਨ ਵੀ ਹੋਏ ਹੁਸੈਨ ਦੇ ਖਾਮੋਸ਼ ਸੈਯਦਾਦਾ ਨਾ ਟੁਰ ਸਕਦਾ ਨਾ ਬੋਲ ਸਕਦਾ ਆਪਣੇ ਆਪ ਕੋ ਆਖੇ ਅੱਲਾ ਜਾਣੇ ਇਹ ਹਨ ਕੌਣ ਬੇਨਿਆਜ਼ ਤੇ ਬੇਨਿਆਜ਼ ਆਸ਼ਿਕ ਬੇਨਿਆਜ਼ ਉਹ ਜਿੱਥੇ ਆਦੇ ਮੈਂ ਤੇਰੀ ਰਾਹ ਚ ਦਿੱਤਾ ਇਜਾਜ਼ਤ ਹੈ ਵੰਨਾ ਅੱਲਾ ਗਵਾ ਆਇਆ ਆਤਿਫ ਗੈਬ ਦੀ ਆਵਾਜ਼ ਆਈ ਹੁਸੈਨ ਆਪਣਾ ਪੁੱਤਰ ਨਹੀਂ ਮੇਰੀ ਰਾਹ ਦਾ ਸ਼ਹੀਦ ਸਮਝ ਕੇ ਵੰਨ
ਰੋਈ ਸਾਈ ਪੋਸੇ ਦੇ ਖੈਮੇ ਖੇਨ ਵਾਲ ਰਾਜ਼ੀ ਥੀ ਮੈਂ ਰਾਜ਼ੀਆ। ਕਿਆ ਬਾਤ ਹੈ ਭਾਈ, ਕਿਆ ਬਾਤ ਹੈ, ਕਿਆ ਬਾਤ ਹੈ। ਸੈਦੋਂ ਡੈਲੇ ਉਹਨੂੰ ਇਜਾਜ਼ਤ ਮਿਲੀ ਇਸ ਭਾਵੇਂ 6 ਕਦਮ ਐਨ ਉਬਾਲਾ ਤੁਰੇ। ਕੁਝ ਬੰਦੇ ਬਾਬਾ ਜੀ ਲਾ ਇਲਮੀ ਦੀ ਵਜ੍ਹਾ ਨਾਲ ਆਖਵੇਂ ਨੰ ਜੋ ਭਜ ਪੀਏ, ਭਜਣਾ ਮਨਸਬ ਇਮਾਮਤ ਦੇ ਮੁਖਾਲਿਫ ਖਿਲਾਫ ਹੈ, ਭਜਦਾ ਤਾਂ ਸਾਬਰ ਨਹੀਂ ਰਹਿੰਦਾ, ਭਜਾ ਨਹੀਂ ਉਬਾਲਾ ਤੁਰੇ। ਚੁੱਟੀ ਡਾੜੀ ਹਲੇ ਮੇਰੇ ਦੇਖੋ ਨਾਲ ਬੈਠਾ ਨਹੀਂ ਛਣ ਪੀਏ, ਤੇ ਦਾੜੀ ਚੁਮਕਿਆ ਤੇ ਅੱਖੀ ਭਾਲ ਬਾਬਾ ਮਿਲਣ ਆਈ। ਕਿਆ ਬਾਤ ਹੈ ਭਾਈ, ਕਿਆ ਬਾਤ ਹੈ, ਕਿਆ ਬਾਤ ਹੈ। ਜਿਹੜੇ ਸ਼ਹੀਦ ਕੋਲ ਪਹੁੰਚੇ ਸੈਯਦਾਦਾ ਹੁੰਦਾ ਸਰ ਚੈਸ ਜਾਨੂ ਤੇ ਰੱਖ ਸਬਾ ਲਹਾ ਕੇ ਮੂੰਹ ਤੂੰ ਮਿੱਟੀ ਪੂੰਜੀਏ। ਪਹਿਲਾ ਸ਼ਹੀਦ ਅਲੀ ਅਕਬਰ ਸਰ ਜਾਨੂ ਤੇ ਰੱਖ ਸਬਾ ਲਹਾਈਏ ਜੋ ਮਿੱਟੀ ਪੂੰਜਾ। ਜਿਹੜੇ ਜਵਾਨੋ ਮੇਰੋ ਲਿਖਾਏ ਹਿੱਕਾ ਤਿੱਥਾਂ ਆਈ ਸਜਾਤ ਵਧਾ ਕੇ ਤੇ ਬਾਬਾ ਜਾਨਾ ਬਾ ਮੈਂ ਕੋ ਦੇਓ ਚਿਹਰਾ ਹੀ ਝੁਕਾਓ ਪੀਊ ਦੇ ਮੂੰਹ ਤੂੰ ਅਲੀ ਅਕਬਰ ਮਿੱਟੀ ਪੂੰਜ ਕੇ ਪੁੱਛੇ ਮੈਂ ਤਜ਼ੀਨ ਤੂੰ ਝਣਾ ਮੇਰੇ ਚਿਹਰੇ ਤੇ ਮਿੱਟੀ ਹੈ ਤੇਰੇ ਮੂੰਹ ਤੇ ਮਿੱਟੀ ਕਹਿ ਰਹੀ ਹੈ ਦਾੜੀ ਚੁੰਕਿਆ ਦੇ ਤੂੰ ਇੱਕ ਦਫਾ ਖਾਣਾ ਹੈ। ਵਾਹ 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 ਜੀ ਬਾਬਾ ਜੀ ਜੀ ਖੈਮਾ ਤੂੰ ਤਾਂ ਤਾਈ ਮੈਂ ਹਰ ਕਦਮ ਤੇ ਝੜਾਂ ਅੱਲਾ ਮਾਨ ਜਾਫਰੀ ਸਾਹਿਬ ਮਜਲਿਸ ਸੁਣੋ ਕਹੇ ਆਲਮ ਲਿਖਿਆ ਇਨ ਟੁਰੇ ਕਿਬਲਾ ਇਨ ਜਿਵੇਂ 6 ਮਾਹ ਦਾ ਬੱਚਾ ਟੁਰਦਾ ਕਈ ਲਿਖਦੇ ਨੇ ਟੁਰੇ ਜਿਵੇਂ ਸਾਲ ਦਾ ਟੁਰਦਾ ਮਾਵਾਂ ਜਾਣਦੀਆਂ ਹੀ ਕਦਮ ਚੈਸੀ ਦੂਜੇ ਤੇ ਝਣਸੀ ਚਾਚਾ ਖਾਦਮ ਹੁਸੈਨ ਸ਼ਾਹ ਮੈਂ ਆਧਾਰ ਨਾ ਇਵੇਂ ਟੁਰੇ ਜਿਵੇਂ ਨਾ ਵੀ ਨਾ ਬੰਦਾ ਕਬਰਿਸਤਾਨ ਹੀ ਟੁਰਦਾ ਅਗਲੀ ਜੁਮੇ ਰਾਤ ਲਗਾ ਵਨੇ ਬਜ਼ੁਰਗਾਂ ਦੀਆਂ ਕਬਰਾਂ ਤੇ ਕਬਰਿਸਤਾਨ ਇੱਕ ਨਬੀ ਨੇ ਕੁਨਾਲ ਘਿਨ ਵਨੇ 7 ਕਬਰਾਂ ਦੇ ਫਾਸਲੇ ਤੇ ਉਹ ਸੱਡੇ ਅੱਖ ਮੈਡੋ ਆ ਜਿਵੇਂ ਉਹ ਟੁਰੇ ਹੁਸੈਨ ਹੀ ਟੁਰੇ ਸੈਯਦਾਂ ਝੋਲੀ ਚਾਈ ਖੜਾ ਜਵਾਨੋ ਤੁਹਾਡੇ ਵਾਸਤੇ ਦੁਆ ਪੀ ਮੰਗਦਾ ਸ਼ਾਲਾ ਜਵਾਨ ਪੁੱਤਰ ਦੇ ਸਾਹਮਣੇ ਉਹਦੇ ਪਿਓ ਕੋ ਤੂੰ ਕਰਕੇ ਕੋਈ ਨਾ ਬੁਲਾਵੇ ਪੁੱਤਰ ਹੋਵੇ ਨਾ ਜਵਾਨ ਕਮਰ ਭਾਈ ਉਹਦੇ ਸਾਹਮਣੇ ਕੋਈ ਉਹਦੇ ਪਿਓ ਕੋ ਤੂੰ ਕਰੇ ਨਾ ਤੂੰ ਸਰਦਾਰ ਸਾਹਿਬ ਉਹ ਆਖਸੀ ਤਾਂ ਮੈਂ ਕੋਈ ਗਰੀਬ ਸਮਝੇ ਅੱਲਾ ਹਿਸਾਬ ਗਿਣਸੀ ਆ ਮੈਂ ਸੱਚਾ ਤਾਂ ਖਾਣਾ ਮੈਂ ਇੱਕ ਰਿਵਾਇਤ ਪੜ੍ਹਦਾ ਪੜ੍ਹੀ ਮੈਂ ਅੱਖੀ ਨਾਲ ਅਗਰ ਸੁਣੋ ਤਾਂ ਹੁਸੈਨ ਝੁੱਕਾ ਚਾਚਾ ਬਗੂ ਖਾਨ ਜੋ ਚੁੰਮਾ ਅਲੀ ਅਕਬਰ ਅੱਖੀ ਖੋਲੀਆਂ ਜੋ ਜ਼ਿਆਰਤ ਕਰ ਖੇਡਾਂ ਇੱਕ ਜ਼ਾਲਿਮ ਹੈ ਜਾਂ ਅਕਬਰ ਦੇ 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 ਹੁਸੈਨ ਕੋ ਤੀਰ ਮਾਰੇ ਹਾਏ ਤੇ ਤੀਰ ਲਗਾ ਅਕਬਰ ਦੇ 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 ਹੁਸੈਨ ਦੀ ਸੈਯਦਾ ਪਰੇਸ਼ਾਨੀ ਹੈ ਤੂੰ ਚੁੱਪ ਕਰ ਗਏ ਅਕਬਰ ਅੱਖੀ ਬੰਦ ਕੀਤੀ ਹੁਸੈਨ ਦਾੜੀ ਚੁਣਕਿਆ ਤੇ ਅੱਖੀ ਬੰਦ ਨਾ ਕਰ ਮੇਰੋ ਦੇਖ ਨਸਾ ਅਜਾ ਹੀ ਜੀਵਾ ਕਿਆ ਬਾਤ ਹੈ ਤੁਹਾਡੀ ਜਵਾਨੀ ਰਾਜ ਮਾਣੋ ਬਾਬਾ ਸ਼ਾਹ ਫਕੀਰ ਕੋ ਸੱਡਾ ਸੋ ਰਿਹਾ ਸੁਜਾਣ ਈਓ ਆਈ ਪਵਾਂਦੀ ਬਾਹਣ ਲੱਗੇ ਹੁਸੈਨ ਤੇ ਸਿਰਾਂਦੀ ਆ ਗੌਰ ਨਾਲ ਲੇਖ ਈਓ ਆਈ ਦੋਵੇਂ ਹੱਥ ਕਦਮਾਂ ਤੇ ਲਾ ਕੇ ਆਦੇ ਫਕੀਰ ਹਾਂ ਪਾਗਲ ਨਾ ਸੈਦ ਦੇ ਮੈਂ ਤੇ ਕੋ ਪਾਗਲ ਸੱਡੇ ਅਤੇ ਪੁੱਛਦਾ ਜੋ ਹੈ ਈਓ ਆਈ ਹੇ ਈਓ ਹੇ ਤੁਹਾਡਾ ਸੈਦ ਦੇ ਉਂ ਟਿੱਬੇ ਤੇ ਨਾ ਹੋਏ ਮਲੇਂਦਾ ਦੇ ਉੱਥਾਂ ਖਾ ਲਈ ਆਈ ਇੱਥਾਂ ਚਿੱਠੀ ਏ ਕਿਉਂ ਜਿਹੀ ਮਜਬੂਰੀ ਆਵੀ ਜਨ ਸੋਹਣੇ ਜਵਾਨ ਖਮਰਨ ਤੋਂ ਭੇਜਈ ਸੈਯਦਾ ਦੇ ਨਾ ਭੇਜਾ ਹਾ ਅੱਲਾਹ ਦਾ ਦੀਨ ਨਹੀਂ ਬਚਦਾ ਨਾਨੇ ਦੀ ਸ਼ਰੀਅਤ ਨਹੀਂ ਬਚਦੀ ਦੋਵੇਂ ਹੱਥ ਕਦਮਾਂ ਤੇ ਲਾ ਕੇ ਤੇ ਸ਼ਰੀਅਤ ਜੋ ਬਤਾ ਬਚੇ ਨੇ ਤੂੰ ਹੁਸੈਨ ਹੈ ਸੈਯਦਾ ਦੇ ਉਹ ਗਰੀਬ ਮੈਂ ਆਦਤ ਖੈਮੇ ਕਹਿੰਦੇ ਨੇ ਸੈਯਦਾ ਦੇ ਦੇਖੇ ਨਹੀਂ ਮੁਹੰਮਦ ਦੀਆਂ ਧੀਆਂ ਮੇਰੇ ਨਾਲ ਜਵਾਨੀ ਹੋ ਵੀ ਭਾਈ ਫਕੀਰ ਜੀ ਟਿਬਾ ਛੋੜੇ ਮੈਂ ਸਬਰ ਦਾ ਪਰਚਾ ਹੱਲ ਕਰਨਾ ਫਕੀਰ ਹਟ ਕੇ ਦਾੜੀ ਚੁੰਮ ਕੇ ਤੇ ਗਰੀਬ ਸਮਝਾਈ ਕਿਉਂ ਬਾਬਾ ਅੱਗੇ ਦੋਹਾਂ ਨਾਲ ਅੱਜ ਹਿੱਕ ਨਾਲ ਸਲਾਮ ਅਦਾ ਇੱਥਾਂ ਬਰਛੀ ਏ ਟੁੱਟ ਗਈ ਏ ਨਹੀਂ ਉੱਤੇ ਖੜ ਕੇ ਤਰੋੜੀ ਨੇ ਅਧਿਐਨ ਤੇਰਾ ਪਿਓ ਸਾਬਰ ਏ
برچی کٹے سی رسول دے پتر کو صابر منے سو داڑی چمکیا تے میں کٹدا بابا بسم اللہ کٹ حسین ادے انج نہیں جتا سر رکھنی رکھ ہاتھ رکھنے نہیں پیر رکھنے نہیں میں برچی ہلاواں توں ہلے نہیں چپ کر گئے ہو بابا شاہ صاحب مکہ تے لکھے ترائے کنڈیاں نہیں برچی دیاں ایک جگری چنڈو پسلیاں چن برچی جھت پا کے ہلے اس جگر ہلے علی اکبر دا پاک جسم اللہ زمین ہلی اللہ دا عرش اللہ داڑی چمکیا دے ہلدا پیے برچی دا درد یا دے تیری امامت دی قسم میں نہ ہلا زمین ہلی وی اللہ ماں اللہ ماں اللہ ماں اللہ ماں یارے دی سونی مکان برچی چو ہتھ کڈس دریا تو ڈٹھے علی اکبر دے بابا جی کے پیڑے دے فرمایا نبی آئے ہوئے میرے دھپیے وہ کتھاں کھڑا ہے جی اکھی تے پٹی بدھی آئی علی اکبر آدھے وہ کون دکھائے جائیں ہاتھ پیر بدھایا اکبر آدم تو نانے تک نبیاں دی صافی ہے ڈاڈے ابراہیم اسماعیل دے درمیان ڈاڈی حاجرہ کھڑی یعقوب و یوسف دے درمیان جناب دینا جناب موسیٰ در علیہ جناب کلثوم جناب عیسیٰ در علیہ جناب مریم نانے محمد ڈاڈے علی دے درمیان ڈاڈی سیدہ او سامنے ودی چاچا حسن روندا جڑے جوانوں میرے لکھ سو علی اکبر آدھے بابا میرے سر بلند کر میں نبی دہتا سیدہ دائی میں تھوڑا جیاں سر بلند کی تس علی اکبر ہکو دفعہ لٹھے اکھی بند کر کے آدھے میں کچھ سمہا حسین آدھے نبی نہیں دہتا آدھے وقت وقت کی میں دیکھا تیری ماں آدھے وال نہیں کھلے واہ 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 بابا جان واقعی نبی آئے ہوئے میری برچی تھن کٹ میں چا خیمے گھنجل آدھی اچ میں کو سما پاس نال میری ڈو ماما بلہا تو ڈاڑی حاجرہ سر میں اما کو آدھا میری برچی کٹ دے چٹی ڈاڑی آلے سر چیسو ڈاڑی چمکے دے اکبر تو سچیں تیری موت میں کو کھا گئی میں تک چاوا کیویں آدھے بابا سجا دانو زمین تے رکھ رکھس بابا میرے سر چا کھبے مونڈے تے رکھ بابا رکھس ناد علی پڑھ کے سیدو مٹی چھوڑی اس ایک قدم خیمہ دو نو دفعہ ڈاڑی چن لے آدھے میرے نال لیندا جل میں تیرا بلڑا پیوا میرے نال لیندا جل میں کوئی دستا کچھ نہیں وی چپ کر گئے پنڈی قدم حسین ٹائم جی میں نبی کھڑے ہیں ہر نبی علی دی منت کی تھی یا علی تو نبیاں دا ناصر ہر صاحب شریعت نبی دی شریعت دا حکم جیندے ہوں میں پیو نہ چاہویں مہربانی کر حسین کو اکبر گھن عرش ڈھان دئی بابا چھویں میں قدم تے مونڈے تے ہتھ ہے اکبر منڈے نانے دی شریعت منع کر دی بے نیازی نال پوچھس تے تسا کون نہیں ہوئے آدھے میں کو سنان نبیاں دا ناصران تیرا بابا علی آدھے بابا نانے دے رلے ون کھڑ سر بلند کر کھڑ نانے تاج رہا کے مٹی دے سر چھوڑے تاج چاہ میرے نانے دے سر تیرا کو گواہ حسین کیا دے تاج ہنڈا ای تاج دی خاطر تا میں اکبر کو ہائی وینا واہ 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 خیمے گھنے سید آدھا اللہ نہ کرے پیو ہوئے بڑھڑا پتر ہوئے جوان صدقے تھی ماں اللہ نہ کرے پتر ہوئے جوان پیو ہوئے بڑھڑا ہوئے زخمی سا ہو من آخری بابا شاہ پیو کو پاک تھی ونے بچ دئی دئی این رانگج کوئی پیو پتر کو مٹی تے سمیہ سی بھائی بول ملانگ ہمارا سمیہ سی چاہے ڈفری اٹھارہ ڈیہاں دا پتر ہوئے نا اٹھارہ ڈیہاں دا پیو میت نہیں چاہ سکتا حسین چاہے اٹھارہ سال دا کڑی الجوا اس سے رنگ خیام مٹی تے بادشاہ امام حسین علی اکبر کو سما چھو صدقی تھی بھائی سپیکر اللہ ساتھ دے میں ہک ادھا بند پڑھا میں تیرے بچڑا دی ہی آتی ہوئے بابا بیٹھائے
حسین جیوے اجڑے ہوئے مالی بہانے چپ جو کر گئے حسین اجڑ نہیں گیا سید خیر داڑی چوندے بابا خیر ہاتھوں کیا جو رکھوال تیرے ہاتھ ہی گیا جیوے میرے نانے دے ہاتھ آئے آئے وطلو رو کیا جن سونا بچڑا ابالی تیاری نہ کریں میری بھین کو آون دے میں میرا بھینی نال واد ہے جیدہ ملے سا میرے جوان بیٹھے علی اکبر کی کھوڑیے نہ دے بابا اپنی اپنی بھینی دے مقدر توڑا اپنی نال واد ہے میرا اپنی نال آج دا واد جی بابا جی 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 سیدہ حسین سمجھے جو بچتا نہیں آباد ہائیے سر بھیر دے خیمے دے پاسے آباد لڑ ودھا کیا دے بیٹر جنا ملنا ہے میں دے اکبر کو آئے جلدی دیر نہ لاو میں داری لہنا نہیں بچتا ایدی تحتو لہنا اللہ بھائی وسو اللہ بھائے بس داڑی لاندا نہیں بچنا ایدی تحتو لہنا دل سادائی دے ہاتھ تے پیر بڑا واہ 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 تھوڑا کھول بھائی میں کھول کھانڈ کر بہن نہیں دل سادائی دے ہاتھ تے سید بیٹھے حسین بھیڑ دینا حکل ماری سید والی دھی تلی اٹھے کے اٹھیے بھائی جان میری سائن اٹھ قدم ملائی چاہے جنوں بھرا دی چاچا آواز سنی آئے جیڑا زندگی چنائی رونا میرے دیکھے اٹھویں قدم تے آئی میری سائن دی بھرا دے چہرے تے دید پہ گئی ہے رومن والے لوگوں بھاوے اپنے دور دی بتو لائی فضا دی کھان دا اولا کر گئی ہے اکل مار کیا دی اما دسا اے بٹھڑا کون ہے واہ 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 یار سنا کرو ہوں سارے امتحان نہ کتے کرو اکبر تو پہلے میرا حسین مر گئی واہ واہ یار ایڈے سونے روان لگ گئے بلا رہے ہو جاری بچی کو پیچھا ملا ہو جا بلا رہے ہو پیچھا ملا ہو سیدہ آمین کھائے جتنے بے اولاد ہیں اکبر دے صدقے اللہ بچڑے دے وے بھائی ذوالفقار کو اللہ حیاتی اللہ بیٹا دے وے سید اکھائے امین جھولی چائی کھڑا شلک کھائے گھروں جوال نہ ٹرے
बाबा शाह खसूसी दुआ है शरकाए भेड़ दा कुआरा न मरे सरदार यासान में दिखी खड़ा कुआरा भेड़ा मर पवे भेड़ जींदी होवे हुसल मिलसी भेड़ परे दोसी वाह वाह रिश्तेदार कफन दे मेरा सर भेड़ी रोसे कोठ दुआले लगवाए जाए भिरा तो जनादा तैयार हो गए हर कया दे हजो मका हम दीवार ससदो कवाई दीवाए भेड़ी कलिया नहीं चुन सकनिया सहेलिया दे मोड़ा ते हाथ रख के भेड़ कर दिए भिरा विचार पैनार बहा दिए सर उच्चा दर रह दिए कफन गुगाड़ रे क्या दी अखी भार पल्लू बधी वे जवानी हुई दादी अखी भार पल्लू बधी बैठिया जी भाई जी यकीन कराए भिरा तो बोलना नहीं आता बाबा शाह भेड़ी उठी कर दिए सहेलियां दे गुकालू मलंग हाथ रख दिए ला दिए सारे नार उस पाए सब भिरा मना दो साते रोज भावे न रो सैयदा कुरान घिन्ना सर ते रख ले नहीं कोट दूदा मोमिन आई का जजरी आई चुम्मे दादिया करबला दा जंगला अकबर दी चार साल भेड़े बाल खुले और भिरा ते आग झाड़ पाइए आदि अखी भाल बाबा नहीं बचदा अकबर तेरी अखा खुश्क नहीं रोमन वाले लोग हुसैन जिछाए बाबा शायर अकबर के नाम मुतहल्लक होए सभी याद को जो मगदाए आदे बाबा मंगा तो नाराज तो नहीं सी
مسافر شاہ دیا مہران جیڑیا چچے سرا دیا ماں بیٹھی انہوں نے حصے کا غیر سیدوں بچے چھوٹے ہوئے ماں دیا ڈھولیا چماسے گل مائی پیسے ماں جوانی چرسا اما تیرے دکھ مکسے اما تینو حج کرے سا اما تینو زواری کرے سا اکبر اکبر دا سر جھولی پائی بیٹھی رو کیا دھیے تو تاہ دا ہاوے چان بچڑا تیرا رات کو میت چلے سا بھی آوانگے داری اچانک شدید چھائے ہک بی بی جیڑی آدھی ہاتھ ونجو میں وکھرا مل لائے کرو سوال سید بی بی کون ہے اصغر دی ماں ہے اصغر کو اکبر دے نال سنائس رو کے آدھی تیرے پھال پر چھیدا مول پودا میں نہ ہودا پتر جانی ماں دی ای زہرا دایا زہرا دایا زہرا دایا زہرا دایا اللہ وسایا ہاتھ بھر دے سینے تو ذرا ہاتھ کو چاچا Yeah.